ਚੰਗੇ ਸਮਾਜ ਦੀ ਸਿਰਜਣਾ ਲਈ ਚੰਗੀ ਸੋਚ ਦਾ ਹੋਣਾ ਜ਼ਰੂਰੀ ਹੈ ਅਤੇ ਚੰਗੀ ਸੋਚ ਲਈ ਚੰਗੀ ਸਿਹਤ ਦਾ ਹੋਣਾ ਜ਼ਰੂਰੀ ਹੈ। ਜੇ ਅਸੀਂ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਗੱਲ ਕਰੀਏ ਤੇ ਨੌਜਵਾਨ ਹਮੇਸ਼ਾ ਹੀ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੇ ਰਹੇ ਨੇ ਅਤੇ ਚੰਗੀ ਸਿਹਤ ਤਾਂ ਹੀ ਹੋਏਗੀ ਜੇ ਨੌਜਵਾਨ ਵੱਧ ਤੋਂ ਵੱਧ ਖੇਡਾਂ ਦੇ ਵੱਲ ਉਤਸ਼ਾਹਿਤ ਹੋਣ। ਫਗਵਾੜਾ ਕਰ ਰਿਹਾ ਹੈ ਖਿਡਾਰੀਆਂ ਦਾ, ਇੱਥੇ ਤਾਰਾ ਸਿੰਘ ਅਤੇ ਇੰਦਰ ਸਿੰਘ ਵਰਗੇ ਅਰਜਨਾ ਅਵਾਰਡੀ ਜਿੱਥੇ ਦਿੱਤੇ ਉੱਥੇ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਵੀ ਸਮੇਂ ਸਮੇਂ ਤੇ ਇੱਥੋਂ ਦੇ ਨੌਜਵਾਨਾਂ ਨੇ ਮੱਲਾਂ ਮਾਰੀਆਂ ਨੇ। ਹੁਣ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਇੱਕ ਯਤਨ ਕੀਤਾ ਹੈ ਹੈਲਦੀ ਵੈਲਫੇਅਰ ਸੁਸਾਇਟੀ ਨੇ ਅਤੇ ਉਹਨਾਂ ਦੀ ਇਹ ਕਾਮਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਗਵਾੜਾ ਤੋਂ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਣ ਅਤੇ ਫਗਵਾੜਾ ਜਾਣਿਆ ਜਾਵੇ ਵੱਖ ਵੱਖ ਖੇਡਾਂ ਵਿੱਚ ਆਪਣੀ ਸਪੈਸ਼ਲਿਸਟੀ ਕਰਕੇ। ਸਾਡੇ ਵਿਚਕਾਰ ਅੱਜ ਨੇ ਚਰਨਜੀਤ ਪਹਿਲਵਾਨ ਜੀ, ਤੁਹਾਡਾ ਬਹੁਤ ਬਹੁਤ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ। ਬੜਾ ਥੋੜਾ ਸਮਾਂ ਹੋਇਆ ਤੁਹਾਡੀ ਸੋਸਾਇਟੀ ਨੂੰ ਬਣੇ ਨੂੰ, ਔਰ ਜਿਹੜਾ 4 ਨੂੰ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ ਬੋਡੀ ਬਿਲਡਿੰਗ ਦਾ, ਇੱਕ ਤਰ੍ਹਾਂ ਦਾ ਸੰਦੇਸ਼ ਹੈ ਸਾਡਾ ਨੌਜਵਾਨਾਂ ਲਈ ਕਿ ਨਰੋਈ ਸਿਹਤ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਾਨੂੰ ਪ੍ਰੋਗਰਾਮ ਬਾਰੇ ਦੱਸੋ। ਹਾਂਜੀ ਸਰ, ਸਾਡਾ ਜਿਹੜਾ ਹੈਲਥੀ ਵੈਲਫੇਅਰ ਸੁਸਾਇਟੀ ਆ ਉਹ 4 ਫਰਵਰੀ ਨੂੰ ਐਤਵਾਰ ਨੂੰ ਇੱਕ ਬੋਡੀ ਬਿਲਡਿੰਗ ਕੰਪੀਟੀਸ਼ਨ ਕਰਵਾਉਣ ਜਾ ਰਹੀ ਆ, ਜਿਹਦੇ ਵਿੱਚ ਕਿ ਡਿਸਟ੍ਰਿਕਟ ਲੈਵਲ ਅਤੇ ਪੰਜਾਬ ਲੈਵਲ ਦਾ ਜਿਹੜਾ ਅਸੀਂ ਕੰਪੀਟੀਸ਼ਨ ਕਰਵਾ ਰਹੇ ਹਾਂ। ਉਹਦੇ ਵਿੱਚ ਪੂਰੇ ਜ਼ਿਲ੍ਹੇ ਤੋਂ ਪੂਰੇ ਪੰਜਾਬ ਦੇ ਵਿੱਚੋਂ ਬੜੇ ਨਾਮੀ ਬੋਡੀ ਬਿਲਡਰ ਜਿਹੜੇ ਆ ਉਹ ਹਿੱਸਾ ਲੈ ਰਹੇ ਆ ਤੇ ਬਾਕੀ ਜਿਹੜੇ ਸਾਡਾ ਮੇਨ ਮਕਸਦ ਆ ਕੰਪੀਟੀਸ਼ਨ ਕਰਵਾਉਂਦਾ ਉਹ ਇਹੀ ਆ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸਰੀਰ ਨੂੰ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਦੇ ਵਿੱਚ ਪਾ ਕੇ ਖਰਾਬ ਕਰ ਰਹੀ ਆ, ਉਹਨੂੰ ਇੱਕ ਚੰਗੀ ਸਿਹਤ ਦੇਣ ਲਈ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਤਾਂ ਜੋ ਕਿ ਸਾਡੇ ਪੰਜਾਬ ਦੇ ਵਿੱਚੋਂ ਬੋਡੀ ਬਿਲਡਰ ਜਾਂ ਅਨੇਕਾਂ ਕੋਈ ਵੀ ਖਿਡਾਰੀ ਆ, ਹੋਰ ਵੀ ਖੇਡਾਂ ਦੇ ਪਲੇਅਰ ਆ, ਉਹ ਆਪਣਾ ਨਾਂ ਜਿਹੜਾ ਆ ਪੰਜਾਬ ਤੋਂ ਵੱਧ ਕੇ ਫਿਰ ਆਪਣੇ ਇੰਡੀਆ ਦੇ ਵਿੱਚ ਫਿਰ ਇੰਟਰਨੈਸ਼ਨਲ ਦੇ ਵਿੱਚ ਚਮਕਾ ਕੇ ਭਾਰਤ ਦਾ ਨਾਂ ਜਿਹੜਾ ਆ ਉਹ ਉੱਚਾ ਕਰ ਸਕਣ। ਹਰਿੰਦਰ ਜੀ, ਬਹੁਤ ਵਧੀਆ ਮੰਚ ਹੈ ਤੁਹਾਡਾ ਇਸ ਨੂੰ ਲੈ ਕੇ। ਜਦੋਂ ਇਹ ਤੁਸੀਂ ਗਠਨ ਕਰ ਰਹੇ ਸੀ ਆਪਣੇ ਯਾਰਾਂ ਦੋਸਤਾਂ ਨਾਲ ਇਹਦੀ ਗੱਲਬਾਤ ਕਰ ਰਹੇ ਸੀ ਕਿ ਇੱਦਾਂ ਦੀ ਸੰਸਥਾ ਬਣੇ, ਕਿਹੋ ਜਿਹੇ ਵਿਚਾਰ ਉਦੋਂ ਮਨ ਚ ਆਏ ਔਰ ਕੀ ਉਦੇਸ਼ ਨੂੰ ਰੱਖ ਕੇ ਜਿਹੜੀ ਇਹ ਹੈਲਦੀ ਵੈਲਫੇਅਰ ਸੁਸਾਇਟੀ ਉਹਦਾ ਗਠਨ ਕੀਤਾ ਗਿਆ? ਹੈਲਥੀ ਵੈਲਫੇਅਰ ਸੁਸਾਇਟੀ ਦੇ ਵਿੱਚ ਸਾਡੇ ਚਰਨਜੀਤ ਪਹਿਲਵਾਨ ਜੀ, ਮੈਂ ਖੁਦ ਹਾਕੀ ਦਾ ਪਲੇਅਰ ਰਹਿ ਚੁੱਕਾ ਜੀ, ਜੇਸੀ ਦਾ ਇਸ ਬੈਸਟ ਗੋਲ ਅਵਾਰਡ ਮੈਨੂੰ ਮਿਲਿਆ ਸੀਗਾ ਜੀ, ਤੇ ਮੇਰੇ ਸ਼ੁਰੂ ਤੋਂ ਇਹ ਇੱਕ ਦਿਲ ਦੀ ਤਮੰਨਾ ਸੀਗੀ ਕਿ ਸਾਡੇ ਪੰਜਾਬ ਫਗਵਾੜਾ ਔਰ ਪੂਰੇ ਇੰਡੀਆ ਦੇ ਵਿੱਚ ਜਿਹੜਾ ਕਿ ਸਪੋਰਟਸ ਵਿੱਚ ਸਾਡਾ ਫਗਵਾੜਾ ਹੈਗਾ ਇਹਦੇ ਵਿੱਚ ਕਈ ਵਿੰਗ ਨਹੀਂ ਹੈਗੇ, ਸਾਡਾ ਮੇਨ ਮਕਸਦ ਇਹ ਆ ਕਿ ਇੱਥੇ ਕੋਈ ਨਾ ਕੋਈ ਅਸੀਂ ਵਿੰਗ ਲੈ ਕੇ ਆਈਏ, ਕੋਈ ਵੀ ਖੇਡ ਦਾ ਵਿੰਗ ਜਿਹੜਾ ਆਪਾਂ ਲੈ ਕੇ ਆਈਏ ਤੇ ਉਸ ਨੂੰ ਪ੍ਰਮੋਟ ਕਰਕੇ ਅਸੀਂ ਉਹ ਜਿਹੜੇ ਖਿਲਾੜੀ ਹੈਗੇ ਅਸੀਂ ਇੰਡੀਆ ਔਰ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਲੈ ਕੇ ਜਾ ਸਕੀਏ, ਸਾਡਾ ਮੇਨ ਮਕਸਦ ਜਿਹੜਾ ਆ ਉਹ ਸਾਡਾ ਇਹੀ ਆ। ਤੇ ਨਸ਼ਿਆਂ ਦਾ ਤਾਂ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ ਜੀ, ਸਾਡੇ ਜਿੰਨੇ ਵੀ ਹੈਲਥੀ ਵੈਲਫੇਅਰ ਸੁਸਾਇਟੀ ਦੇ ਹੈਗੇ ਆ ਸਾਰੇ ਖਿਲਾੜੀਆਂ ਨਾਲ ਹੀ ਅਸੀਂ ਜਿਹੜਾ ਸੁਸਾਇਟੀ ਬਣਾਈ ਆ ਉਹ ਸਾਰੇ ਕੋਈ ਸਾਰੇ ਹੀ ਸਾਰੇ ਕਿਸੇ ਨਾ ਕਿਸੇ ਗੇਮ ਦੇ ਨਾਲ ਰਿਲੇਟਡ ਆ। ਹੈਲਦੀ ਦੇ ਨਾਂ ਤੇ ਤੁਸੀਂ ਇਹ ਗਠਨ ਕੀਤਾ, ਪਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਵੇਰੇ ਤੇ ਸ਼ਾਮ ਦੀ ਜੇ ਆਪਾਂ ਸੈਰ ਕਰਨ ਦੀ ਗੱਲ ਕਰੀਏ ਤੇ ਉਹ ਬਹੁਤ ਘੱਟ ਨੇ, 5% ਲੋਕ ਨੇ ਜਿਹੜੇ ਸੈਰ ਕਰਦੇ ਨੇ। ਕਿੱਦਾਂ ਦਾ ਤੁਸੀਂ ਇਸ ਪਾਸੇ ਵੀ ਕੀ ਉਤਸ਼ਾਹਿਤ ਕਰੋਗੇ ਲੋਕਾਂ ਨੂੰ ਕਿ ਉਹ ਜਿਹੜੀ ਸਵੇਰ ਤੇ ਸ਼ਾਮ ਦੀ ਸੈਰ ਕਰਨ ਤਾਂ ਕਿ ਆਪਣਾ ਹੈਲਦੀ ਜਿਹੜਾ ਸਿਹਤ ਜਿਹੜੀ ਆ ਉਹਨੂੰ ਕਾਇਮ ਰੱਖ ਸਕਣ? ਸਪੋਰਟਸ ਸੈੱਲ ਦਾ ਗਠਨ ਕਰਨ ਦਾ ਮੇਨ ਮਕਸਦ ਇਹੀ ਹੈ ਕਿ ਹਰ ਆਦਮੀ ਨੂੰ ਸਰੀਰਕ ਤੌਰ ਤੇ ਉਹਨੂੰ ਅਲਰਟ ਕੀਤਾ ਜਾਏ ਕਿ ਸਰੀਰ ਹੈ ਜਿਹੜੀ ਗੇਮ ਹੈ ਇਹ ਸਾਡੀ ਰੀੜ੍ਹ ਦੀ ਹੱਡੀ ਦੇ ਮੁਤਾਬਕ ਹੈ, ਸਾਡੀ ਰੀੜ੍ਹ ਦੀ ਹੱਡੀ 'ਚ ਕੋਈ ਪ੍ਰੋਬਲਮ ਹੋਏ ਸਾਰਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ। ਸੋ ਅਸੀਂ ਸਾਰਿਆਂ ਨੇ ਮਿਲ ਕੇ ਪ੍ਰਣ ਲਿਆ ਹੈ ਕਿ ਅਸੀਂ ਜਿੰਨਾ ਵਾਹਿਗੁਰੂ ਸਾਨੂੰ ਕਿਰਪਾ ਕਰੇਗਾ ਸਾਡੇ ਤੇ ਵੱਧ ਤੋਂ ਵੱਧ ਸਾਡੇ ਤੇ ਆਸ਼ੀਰਵਾਦ ਰੱਖੇ ਕਿ ਅਸੀਂ ਬੱਚਿਆਂ ਨੂੰ ਹੈਲਥੀ ਵਾਲੇ ਪਾਸੇ, ਸਿਹਤ ਵਾਲੇ ਪਾਸੇ, ਹਰ ਪਾਸੇ ਉਹਨਾਂ ਨੂੰ ਖੁਰਾਕ ਵਾਲੇ ਪਾਸੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਉਹ ਕੰਮ ਕਰਾਂਗੇ ਜਿਹਦੇ ਨਾਲ ਸਾਡੀ ਰੀੜ੍ਹ ਦੀ ਹੱਡੀ, ਸਾਡੇ ਪੰਜਾਬ ਦੇ ਗੱਭਰੂ ਜਿਹੜੇ ਨੇ, ਜਿਹੜੀ ਪੰਜਾਬ ਸਾਡਾ ਗੱਭਰੂ ਦੀ ਧਰਤੀ ਦੇ ਨਾਲ ਜਾਣਿਆ ਜਾਂਦਾ ਸੀਗਾ, ਉਹ ਹੀ ਅੱਜ ਸਾਡੇ ਪੰਜਾਬ ਨੂੰ ਲੋਕੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਵੱਧ ਵਿਕਦਾ ਹੈ। ਇਸ ਚੀਜ਼ ਨੂੰ ਅਸੀਂ ਖਤਮ ਕਰ ਲਈ, ਅਸੀਂ ਕਿਸੇ ਨਾਲ ਫਾਈਟ ਨਹੀਂ ਕਰ ਰਹੇ, ਲੇਕਿਨ ਅਸੀਂ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਨੂੰ ਇਸ ਚੀਜ਼ਾਂ ਤੋਂ ਦੂਰ ਕਰਨ ਦਾ ਪੂਰਾ ਪ੍ਰਯਾਸ ਕਰਾਂਗੇ। ਪਹਿਲਵਾਨ ਸਾਹਿਬ, ਜਿਹੜਾ ਤੁਸੀਂ 4 ਤਰੀਕ ਨੂੰ ਪ੍ਰੋਗਰਾਮ ਕਰ ਰਹੇ ਹੋ, ਡਿਸਟ੍ਰਿਕਟ ਦਾ ਵੀ ਔਰ ਪੰਜਾਬ ਦਾ ਵੀ ਚੈਂਪੀਅਨ ਇੱਥੋਂ 4 ਤਰੀਕ ਨੂੰ ਬਣ ਕੇ ਅੱਗੇ ਜਾਣਾ ਹੈ, ਉਹਦੇ ਲਈ ਕੀ ਪਲੇਟਫਾਰਮ ਹੋਊਗਾ? ਜਿਹੜੇ ਖਾਸ ਤੌਰ ਤੇ ਸਾਡੇ ਖਿਡਾਰੀ ਸਰੋਤੇ ਦੇਖ ਰਹੇ ਨੇ ਪ੍ਰੋਗਰਾਮ, ਕੀ ਉਹਨਾਂ ਲਈ ਪਲੇਟਫਾਰਮ ਹੋਊਗਾ ਅੱਗੇ ਜਾ ਕੇ, ਕਿੱਦਾਂ ਦਾ ਉਹਨਾਂ ਨੂੰ ਪਲੇਟਫਾਰਮ ਮਿਲੂਗਾ ਜੇ ਇੱਥੋਂ ਵਿਨ ਕਰਦੇ ਹੋ? ਸਰ, ਜੇ ਉਹ ਇਸ ਕੰਪੀਟੀਸ਼ਨ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਆ ਉਹ ਗੋਲਡ ਮੈਡਲ ਲੈ ਕੇ ਜਾਂਦਾ ਆ, ਅੱਗੇ ਸਾਡੀਆਂ ਹੋਰ ਸੰਸਥਾਵਾਂ ਹੈਗੀਆਂ ਆ ਉਹ ਆਪਣੀ ਚੋਣ ਕਰਕੇ ਉਹਨਾਂ ਨੂੰ ਮਿਸਟਰ ਇੰਡੀਆ ਵਗੈਰਾ ਕੰਪੀਟੀਸ਼ਨ ਜਿਹੜੇ ਆ ਉਹ ਖੇਡਣ ਦਾ ਮੌਕਾ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਇਹ ਕੰਪੀਟੀਸ਼ਨ ਹੁੰਦੇ ਆ ਤੇ ਜਿਹੜੇ ਤੁਹਾਡੇ ਬੱਚੇ ਇੱਥੇ ਐਂਟਰ ਹੋਣਗੇ ਤੁਸੀਂ ਉਹਨਾਂ ਨੂੰ ਪਲੇਟਫਾਰਮ ਮੁਹੱਈਆ ਕਰਾਓਗੇ, ਉਹਨਾਂ ਨੂੰ ਸਮੇਂ ਸਮੇਂ ਤੇ ਇਨਫੋਰਮ ਕਰੋਗੇ ਕਿ ਫਲਾਨੀ ਜਗ੍ਹਾ ਤੇ ਜਾਂ ਇਸ ਸਿਟੀ ਦੇ ਵਿੱਚ ਬੋਡੀ ਬਿਲਡਿੰਗ ਦਾ ਹੋ ਰਿਹਾ, ਤਾਂ ਕਿ ਇਸ ਏਰੀਏ ਦੇ ਜਿਹੜਾ ਮੇਨ ਮਕਸਦ ਆ ਸਾਡਾ ਪੂਰਾ ਹੋ ਸਕੇ।
ਹਾਂਜੀ ਸਰ, ਅਸੀਂ ਕਈ ਮੰਨ ਲਓ ਗਰੁੱਪਾਂ ਦੇ ਨਾਲ ਇੱਦਾਂ ਰਿਲੇਟਡ ਹੈਗੇ ਹਾਂ ਜਿਨ੍ਹਾਂ ਦੇ ਵਿੱਚ ਕਿ ਸਾਡਾ ਇੱਕ ਮੈਸੇਜ ਵੀ ਜਾਂਦਾ ਤੇ ਪੂਰੇ ਪੰਜਾਬ ਦੇ ਵਿੱਚ ਚਲਾ ਜਾਂਦਾ। ਇਹ ਸਾਡੇ ਗਰੁੱਪ ਬਣੇ ਹੈਗੇ ਆ। ਤੋ ਅਸੀਂ ਵੱਧ ਤੋਂ ਵੱਧ ਇਹੀ ਕਹਾਂਗੇ ਜਿੰਨੇ ਵੀ ਸਪੋਰਟਸਮੈਨ ਜਿਹੜੇ ਬਾਡੀ ਬਿਲਡਿੰਗ ਨਾਲ ਰਿਲੇਟਡ ਆ ਉਹਨਾਂ ਨੂੰ 4 ਫਰਵਰੀ ਨੂੰ ਸਾਡਾ ਇਹੀ ਸੰਦੇਸ਼ ਹੈ, ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਸਾਡੇ ਜਿਹੜਾ ਇਹ ਬਾਡੀ ਬਿਲਡਿੰਗ ਕੰਪੀਟੀਸ਼ਨ ਨੂੰ ਮੰਨ ਲਓ ਚੰਗਾ ਬਣਾਉਣ। ਬਹੁਤ ਹੀ ਚੰਗੇ ਮਨਸੇ ਦੇ ਨਾਲ ਸ਼ੁਰੂ ਕੀਤੀ ਗਈ ਹੈਲਦੀ ਵੈਲਫੇਅਰ ਸੁਸਾਇਟੀ, ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਵੱਡੀਆਂ ਪੁਲਾਂਘਾਂ ਪੁੱਟ ਸਕਦੀ ਹੈ। ਉੱਥੇ ਨਾਲ ਹੀ 4 ਤਰੀਕ ਦੇ ਇਸ ਸਮਾਗਮ ਨੂੰ ਲੈ ਕੇ ਵੀ ਫਗਵਾੜਾ ਦੇ ਵੱਖ ਵੱਖ ਖਿਡਾਰੀਆਂ, ਲੋਕਾਂ ਅਤੇ ਖਾਸ ਤੌਰ ਤੇ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਵਿੱਚ ਕਾਫੀ ਖਾਸਾ ਉਤਸ਼ਾਹ ਹੈ। ਦੀ ਫਗਵਾੜਾ ਹੈਡਲਾਈਨ ਦੇ ਸਟੂਡੀਓ ਤੋਂ ਜਗਜੀਤ ਚਾਨਾ ਦੀ ਵਿਸ਼ੇਸ਼